महंगी सफलता तो बाद मैडम दिया एक तो बाद एक फिल्म आई है दुलारी बेकसूर तराना बादल तो जिवें जिवें मैडम दिया फिल्म हिट होंदिया रहियां उवें उवें मैडम दे फिर चर्चे भी मशहूर होंदे रहे चर्चे तो दिल्ली तो बहुत मशहूर सी मुंडिया नाम से लतीफ बचपन का प्यार सी पर की करिए जे अताउल्ला खान इस बॉम्बे ना लेके आता तो लतीफ ने कि कट के लै जानी सी पर बॉम्बे आके भी कितने पिछा छुटिया इतने आए तो केदार शर्मा पिछे पै गया अपना गुरु मनती सी ते ओ अपनी घर वाली मदद बाद कुछ और ही मनी बैठा सी हाँ फिल्म रेत के डब्बे विच 21 साल का शम्मी कपूर पहले दिन सेट पे मधुबाला देख के अपने डायलॉग ही भूल गया सी ते उसने ता मधुबाला अपने ब्याह का प्रस्ताव ही रखता सी पर हाय री तकदीर मजब दी दीवार दोनों दे बीच आ गई ते दोनों का ब्याह ही नहीं हो सकया तराना फिल्म की शूटिंग के दौरान दिलीप कुमार ने मधुबाला को ब्याह ही प्रपोज करता सी दीवार गिरा देना चाहता अताउल्ला खान ਨੂੰ ਜਦੋਂ ਇਸ ਵਿਆਹ ਲਈ ਪ੍ਰਪੋਜ਼ ਬਾਰੇ ਪਤਾ ਚੱਲਿਆ ਤਾਂ ਅੰਦਰ ਹੀ ਅੰਦਰ ਵਿਚਾਰਾ ਬੜਾ ਦੁਖੀ ਹੋਇਆ ਉਹਨੇ ਸੋਚਿਆ ਇੱਕੋ ਇੱਕ ਧੀ ਹੈ ਕਮਾਨ ਖਾਣ ਵਾਲੀ ਜਿਹਦੇ ਸਿਰ ਤੇ ਸਾਰਾ ਟੱਬਰ ਪਲ ਰਿਹਾ ਤੇ ਜੇ ਐਦਾ ਹੀ ਵਿਆਹ ਕਰਦਾ ਫਿਰ ਤੇ ਸਾਰਾ ਟੱਬਰ ਸੜਕ ਤੇ ਹੀ ਆ ਜੂ ਉਸਨੇ ਤਾਂ ਇਹ ਨਹੀਂ ਦੇਖਿਆ ਕਿ ਦੋਨੋਂ ਇੱਕੋ ਧਰਮ ਦੇ ਹੈ ਦੋਨੋਂ ਇੱਕੋ ਮਜ਼ਹਬ ਦੇ ਹੈ ਬਸ ਸਿੱਧਾ ਹੀ ਵਿਆਹ ਤਾਂ ਨਾ ਕਰਦਾ ਚਲੇ ਜਾਓ ਯਹਾਂ ਸੇ ਵਰਨਾ ਆਜ ਤੱਕ ਤੁਮ ਲੋਗੋਂ ਨੇ ਨਹੀਂ ਕੀਆ ਆਜ ਮੇਰੇ ਹੱਥ ਵਿਆਹ ਤੋਂ ਨਾ ਤਾਂ ਕੀ ਕੀਤੀ ਦੋਨਾਂ ਨੂੰ ਮਿਲਣ ਤੇ ਪਾਬੰਦੀ ਸ਼ੂਟਿੰਗ ਤੇ ਪੂਰੀ ਪੂਰੀ ਨਜ਼ਰ ਹੁੰਦੀ ਸੀ ਇੱਥੋਂ ਤੱਕ ਕਿ ਮੇਕਅਪ ਰੂਮ ਦੇ ਵਿੱਚ ਵੀ ਮਧੂਬਾਲਾ ਦੇ ਸਰਾਣੇ ਇੱਕ ਚੌਕੀਦਾਰ ਖੜਾਇਆ ਜਾਂਦਾ ਸੀ ਕਿ ਕਿਧਰੇ ਕੋਈ ਸਮਝ ਗਏ ਨਾ ਇਹ ਤਾਂ ਨਹੀਂ ਚੱਲ ਰਿਹਾ ਹਾਂ ਇੱਕ ਵਾਰ ਦੀ ਗੱਲ ਹੈ ਦਲੀਪ ਸਾਹਿਬ ਗਏ ਟਾਇਲਟ ਤੇ ਪੂਰੇ ਭਿੱਜ ਕੇ ਬਾਹਰ ਆਏ ਬਾਹਰ ਆਏ ਤਾਂ ਮਧੂਬਾਲਾ ਕਹਿੰਦੀ ਹਾਏ ਹਾਏ ਤੁਹਾਨੂੰ ਸੁਸੂ ਵੀ ਨਹੀਂ ਕਰਨਾ ਆਇਆ ਤੁਸੀਂ ਪੂਰੇ ਭਿੱਜ ਕੇ ਆਏ ਤਾਂ ਦਲੀਪ ਸਾਹਿਬ ਕਹਿੰਦੇ ਓਏ ਹੋਏ ਜਿਵੇਂ ਮੈਂ ਟਾਇਲਟ ਗਿਆ ਤਾਂ ਇੱਕ ਬੰਦਾ ਬੋਲਿਆ ਅਰੇ ਦਲੀਪ ਸਾਹਿਬ ਆ ਉਹ ਸਾਰੇ ਮੇਰੇ ਵੱਲ ਮੁੜ ਗਏ ਤੇ ਮੈਂ ਆਪੇ ਹੀ 1956 ਵਿੱਚ ਫਿਲਮ ਧਾਗੇ ਕੀ ਮਲਮਲ ਦੀ ਸ਼ੂਟਿੰਗ ਦੇ ਦੌਰਾਨ ਜਦੋਂ ਕਿਸ਼ੋਰ ਕੁਮਾਰ ਤੇ ਮਧੂਬਾਲਾ ਇਕੱਠੇ ਕੰਮ ਕਰ ਰਹੇ ਸੀ ਤਾਂ ਪਤਾ ਹੈ ਮਧੂਬਾਲਾ ਦੇ ਮੇਕਅਪ ਰੂਮ ਵਿੱਚ ਕੌਣ ਆਇਆ ਸੀ ਚੋਰੀ ਚੋਰੀ ਦਲੀਪ ਕੁਮਾਰ ਆ ਕੇ ਸਿੱਧਾ ਹੀ ਕਹਿੰਦਾ ਮੈਂ ਤਾਂ ਤੇਰੇ ਨਾਲ ਅੱਜ ਹੀ ਵਿਆਹ ਕਰਨਾ ਹੈ ਬਸ ਮਰ ਗਿਆ ਜਾਓ ਜਾਓ ਤੁਮ ਸੇ ਕੋਈ ਮਤਲਬ ਨਹੀਂ ਚਲੋ ਪਰ ਮੇਰੀ ਵੀ ਇੱਕ ਸ਼ਰਤ ਹੈ ਜੇ ਮੇਰੀ ਸ਼ਰਤ ਮੰਨੇਗੀ ਤਾਂ ਵਿਆਹ ਕਰਾਉਂਗਾ ਤੇ ਸ਼ਰਤ ਇਹ ਹੈ ਕਿ ਤੂੰ ਆਪਣੇ ਬਾਪ ਅਤਾਉਲਾ ਖਾਨ ਨੂੰ ਨਾ ਤਾਂ ਕਦੀ ਮਿਲੇਂਗੀ ਤਾਂ ਨਾ ਕਦੀ ਜ਼ਿੰਦਗੀ 'ਚ ਵਾਹ ਵਾਸਤਾ ਰੱਖੇਂਗੀ ਆਪਣੀ ਯੂਸਫ ਦੀ ਇਹ ਗੱਲ ਸੁਣ ਕੇ ਵਿਚਾਰੇ ਨਾਰਕਲੀ ਮਾਇੂਸ ਹੋ ਗਈ ਤੇ ਸੋਚਾਂ ਵਿੱਚ ਪੈ ਗਈ ਥੋੜੀ ਦੇਰ ਸੋਚਣ ਤੋਂ ਬਾਅਦ ਅਗਲੀ ਨੇ ਦਿਲ ਦਿਲ 'ਚ ਇਹ ਫੈਸਲਾ ਕੀਤਾ ਕਿ ਹਾਏ ਮੈਂ ਤਾਂ ਆਪਣੇ ਪਿਓ ਦੀ ਗੱਲ ਮੰਨਾਂਗੀ ਬਹੁਤ ਡੈਂਜਰਸ ਬੰਦਾ ਸੀ ਅਤਾਉਲਾ ਖਾਨ ਚਲੇ ਜਾਓ ਵਰਨਾ ਇੱਕ ਕੋਈ ਟੈਕਸੀ ਆ ਕੇ ਚੁੱਕੂਗਾ ਇਹ ਤੁਹਾਡਾ ਪਾਗਲ ਬਣਾ ਦਿੰਦਾ ਕਿੰਨੀ ਕੀ ਗੱਲ ਤੇ ਵੀ ਲੜ ਪੈਂਦਾ ਸੀ ਲੋਕਾਂ ਨਾਲ ਤੇ ਵਿਚਾਰਾ ਸਲੀਮ ਇਹੀ ਸੋਚਦਾ ਰਿਹਾ ਕਿ ਮੇਰੇ ਨਾਰਕਲੀ ਕੀ ਕਹੂਗੀ ਜਦੋਂ ਕਾਫੀ ਦੇਰ ਤੱਕ ਉਹ ਕੁਛ ਨਾ ਬੋਲੀ ਤਾਂ ਆਪੇ ਹੀ ਸਮਝ ਗਿਆ ਗੱਲਾਂ ਦੋ ਯੈਸ ਜਾਂ ਨੋ ਅਗਲੀ ਬੋਲੀ ਨਹੀਂ ਅਗਲੀ ਚੁੱਪ ਵਿੱਚ ਨਾ ਆਈ ਹੋਣੀ ਅਗਲਾ ਚੁੱਪਚਾਪ ਆਪਣੇ ਪੈਰ ਪਟਕਦਾ ਹੋਇਆ ਗੁੱਸੇ ਵਿੱਚ ਚਲਾ ਗਿਆ ਤੇ ਮੁੜ ਕੇ ਦੁਬਾਰਾ ਕਦੀ ਦੀ ਸ਼ਕਲ ਵੀ ਨਹੀਂ ਦੇਖੀ ਮਧੂਬਾਲਾ ਦੀ ਭੈਣ ਦੇ ਅਨੁਸਾਰ ਦਲੀਪ ਕੁਮਾਰ ਤੇ ਮਧੂਬਾਲਾ ਦੀ ਸਗਾਈ ਵੀ ਹੋ ਗਈ ਸੀ ਪਰ ਇਸ ਰਿਸ਼ਤੇ ਨੂੰ ਮਧੂਬਾਲਾ ਦੇ ਪਿਓ ਅਤਾਉਲਾ ਖਾਨ ਨੇ ਕਦੇ ਵੀ ਮਨਜ਼ੂਰ ਨਹੀਂ ਕੀਤਾ ਦਲੀਪ ਕੁਮਾਰ ਮਧੂਬਾਲਾ ਬਾਰੇ ਕਹਿੰਦੇ ਨੇ ਮਧੂ ਆਪਣੇ ਪਿਓ ਦੀ ਬਹੁਤ ਬਹੁਤ ਆਗਿਆਕਾਰੀ ਧੀ ਸੀ ਉਸ ਵਕਤ ਵੀ ਜਦੋਂ ਕਿ ਉਹਨੂੰ ਸਫਲਤਾ ਨਾਮ ਪੈਸਾ ਸ਼ੋਹਰਤ ਸਭ ਮਿਲ ਚੁੱਕਿਆ ਸੀ ਉਹ ਕਦੇ ਵੀ ਆਪਣੇ ਪਿਓ ਦੇ ਕਹੇ ਤੋਂ ਬਾਹਰ ਨਾ ਜਾ ਸਕੀ ਜਿਸ ਦਾ ਫਾਇਦਾ ਉਹਦੇ ਪਿਓ ਨਹੀਂ ਚੁੱਕਿਆ ਆਪਣੇ ਪਰਿਵਾਰ ਨੂੰ ਨਾ ਛੱਡਣ ਦੀ ਅਯੋਗਤਾ ਕਾਰਨ ਉਹਨੂੰ ਇਹ ਖਾਮਿਆਜਾ ਆਪਣੀ ਜ਼ਿੰਦਗੀ ਨਾਲ ਭੁਗਤਣਾ ਪਿਆ
1956 ਵਿੱਚ ਫਿਲਮ ਨਯਾ ਦੌਰ ਵਾਸਤੇ ਬੀਆਰ ਚੋਪੜਾ ਨੇ ਦਿਲੀਪ ਕੁਮਾਰ ਨੂੰ ਸਾਈਨ ਕੀਤਾ ਤੇ ਉਸ ਵੇਲੇ ਦਿਲੀਪ ਕੁਮਾਰ ਦੀ ਮਨਪਸੰਦ ਹੀਰੋਇਨ ਪਤਾ ਕੌਣ ਸੀ? ਮਧੂਬਾਲਾਈ। ਇਸ ਫਿਲਮ ਦੀ ਥੋੜੀ ਜਿਹੀ ਸ਼ੂਟਿੰਗ ਮਦਰਾਸ ਵਿੱਚ ਹੋਣੀ ਸੀ ਪਰ ਅਤਾਉਲਾ ਖਾਨ ਨੇ ਸਿੱਧਾ ਸਿੱਧਾ ਕਹਿਤਾ, ਮਧੂਬਾਲਾ ਬੰਬੇ ਤੋਂ ਬਾਹਰ ਸ਼ੂਟਿੰਗ ਨਹੀਂ ਕਰੇਗੀ। ਮੇਰੀ ਆਪ ਨੇ ਦੂਜ ਜੋਖਣੇ ਕੀ ਕੋਸ਼ਿਸ਼ ਕਰ ਅੱਜ ਰਾਤ ਵੀ ਦੂਜ ਕੀ ਕਾ ਨਾਮ ਦੇ ਰਹੀ ਤੇ ਰਹੀ। ਪਰ ਬੀਆਰ ਚੋਪੜਾ ਪਹਿਲੇ ਮਧੂਬਾਲਾ ਨੂੰ 30,000 ਰੁਪਏ ਐਡਵਾਂਸ ਦੇ ਬੈਠੇ ਸੀ। ਬਾਅਦ ਵਿੱਚ ਇਹ ਮਾਮਲਾ ਕੋਰਟ ਕਚਹਿਰੀ ਤੱਕ ਪਹੁੰਚ ਗਿਆ ਜਿੱਥੇ ਦਿਲੀਪ ਕੁਮਾਰ ਨੇ ਮਧੂਬਾਲਾ ਦੇ ਖਿਲਾਫ ਗਵਾਹੀ ਦੇ ਦਿੱਤੀ। ਤਕਰਾਰ ਤਾਂ ਪਹਿਲਾਂ ਹੀ ਸੀ, ਬਾਅਦ ਵਿੱਚ ਖਾਈ ਬਣ ਗਈ। ਉਸ ਤੋਂ ਬਾਅਦ ਬੀ ਆਰ ਚੋਪੜਾ ਨੇ ਆਪਣੀ ਫਿਲਮ ਵਿੱਚੋਂ ਮਧੂਬਾਲਾ ਨੂੰ ਕੱਢਿਆ ਤੇ ਵਜੰਤੀ ਮਾਲਾ ਨੂੰ ਲੈ ਲਿਆ। ਮਧੂਬਾਲਾ ਨਹੀਂ ਚਾਹੁੰਦੀ ਸੀ ਕਿ ਦਿਲੀਪ ਕੁਮਾਰ ਉਸਦੇ ਖਿਲਾਫ ਅਦਾਲਤ ਵਿੱਚ ਗਵਾਹੀ ਦੇਵੇ, ਪਰ ਦਿਲੀਪ ਕੁਮਾਰ ਨੇ ਸੱਚ ਦਾ ਹੀ ਸਾਥ ਦਿੱਤਾ। ਹਾਏ, ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਉਹੀ ਇਨਸਾਨ ਹੈ ਜਿਸ ਨੂੰ ਮੈਂ ਰੱਬ ਤੋਂ ਵੀ ਜ਼ਿਆਦਾ ਪਿਆਰ ਕੀਤਾ ਤੇ ਅੱਜ ਇਹੀ ਬੰਦਾ ਮੇਰੇ ਖਿਲਾਫ ਕੋਰਟ ਵਿੱਚ ਗਵਾਹੀ ਦੇ ਰਿਹਾ। ਲੰਬੀ ਬਹਿਸਬਾਜ਼ੀ ਤੋਂ ਬਾਅਦ ਦੁਖੀ ਹੋ ਕੇ ਦਿਲੀਪ ਕੁਮਾਰ ਨੇ ਜੱਜ ਸਾਹਿਬ ਦੇ ਸਾਹਮਣੇ ਖੁੱਲ੍ਹਾ ਖੁੱਲ੍ਹਾ ਹੀ ਕਹਿਤਾ, ਜੱਜ ਸਾਹਿਬ, ਇਹ ਉਹੀ ਔਰਤ ਹੈ ਜਿਸ ਨੂੰ ਮੈਂ ਦਿਲ ਜਾਨ ਤੋਂ ਜ਼ਿਆਦਾ ਪਿਆਰ ਕਰਦਾ ਤੇ ਮਰਦੇ ਦਮ ਤੱਕ ਕਰਦਾ ਰਵਾਂਗਾ। ਲੋਹੇ ਦੀ ਜ਼ੰਜੀਰਾਂ ਨਾਲ ਘਿਸੜਨ ਵਾਲੇ ਸਿੱਧ ਮਧੂ ਤੇ ਪਾਗ ਪੈਣ ਲੱਗਾ। ਤੇ ਇਸ ਦੇ ਦੌਰਾਨ ਦਿਲ ਦੇ ਸੁਰਾਖ ਦੀ ਬਿਮਾਰੀ ਵੀ ਵਧਣ ਲੱਗ ਪਈ। ਪਰ ਇਸ ਅਦਾਕਾਰਾ ਨੇ ਬਿਮਾਰੀ ਤੇ ਇਕੱਲੇਪਨ ਦੇ ਬਾਵਜੂਦ ਹਰ ਸੀਨ ਵਿੱਚ ਜਾਨ ਪਾ ਦਿੱਤੀ। ਮਧੂਬਾਲਾ ਦੀ ਭੈਣ ਮਧੁਰ ਭੂਸ਼ਣ ਦੇ ਅਨੁਸਾਰ ਮਧੂਬਾਲਾ ਦਿਲੀਪ ਕੁਮਾਰ ਨਾਲ ਵਿਆਹ ਕਰ ਸਕਦੀ ਸੀ ਜੇਕਰ ਦਿਲੀਪ ਕੁਮਾਰ ਇੱਕ ਵਾਰੀ ਉਹਦੇ ਪਿਓ ਤੋਂ ਮਾਫ਼ੀ ਮੰਗ ਲੈਂਦਾ। ਅਸੀਂ ਚੱਲੇ ਇੱਕ ਛੋਟੇ ਜਿਹੇ ਬ੍ਰੇਕ 'ਤੇ, ਪਲੀਜ਼ ਤੁਸੀਂ ਵੀ ਕਿਤੇ ਨਾ ਜਾਇਓ, ਅਸੀਂ ਹੁਣੇ ਆਏ।